ਇਸੇ ਤਰ੍ਹਾਂ ਜਿਹੜੀ ਸਰੋਂ ਆ ਉਹਦਾ ਵੀ ਹੁਣ ਸਮਝ ਲਓ ਢੁੱਕਵਾਂ ਸਮਾਂ ਆਪਾਂ ਜਿਹੜੀ ਅਗੇਤੀ ਤੇ ਪਛੇਤੀ ਦੋ ਤਰ੍ਹਾਂ ਦੀ ਸਰੋਂ ਪੀ ਸਕਦੇ ਹਾਂ। ਜੇ ਅਗੇਤੀ ਔਰ ਪਛੇਤੀ ਸਰੋਂ ਦੀ ਆਪਾਂ ਕਾਸ਼ਤਕਾਰੀ ਕਰਨੀ ਹੈ ਤਾਂ ਜਿਹੜੀ ਆਪਣੀ ਪਛੇਤੀ ਸਰੋਂ ਆ ਉਹਦਾ ਜਿਹੜਾ ਆਪਾਂ ਨੂੰ 3 ਫੁੱਟ ਬਾਈ 8 ਫੁੱਟ ਤੇ ਉਹਦੀ ਬਿਜਾਈ ਕਰਨੀ ਪਊਗੀ ਤੇ ਉਹ ਆਪਾਂ ਕਰਨੀ ਹੈਗੀ ਆ ਦੱਖਣੀ ਬਾਹੀ ਤੇ ਜੇਕਰ ਆਪਾਂ ਕਰਨੇ ਉਸ ਖਾਲੀ ਚ ਕਰਨੀ ਹੈ। ਜਿਸ ਬੈੱਡ ਦੇ ਉੱਤੇ ਗੰਨਾ ਨਹੀਂ ਲੱਗਾ ਉਸ ਖਾਲੀ ਜਿਸ ਖਾਲੀ ਚ ਗੰਨਾ ਨਹੀਂ ਲੱਗਾ ਤੇ ਦੱਖਣੀ ਬਾਹੀ ਤੇ ਕਰਨੀ ਜਿਸ ਤਰ੍ਹਾਂ ਗੰਨੇ ਦੀ ਆਪਾਂ ਕਰਨੀ ਤੇ ਜੇਕਰ ਉਹਦੇ ਉਹਦੇ ਵਿੱਚ ਆਪਾਂ ਦੂਜੀ ਫਸਲ ਲੈਣੀ ਹੈਗੀ ਆ ਪਛੇਤੀ ਸਰੋਂ ਦੀ ਅਗੇਤੀ ਸਰੋਂ ਦੀ ਉਹ ਬੈੱਡ ਦੇ ਸੈਂਟਰ ਵਿੱਚ ਹਰੇਕ ਬੈੱਡ ਦੇ ਉੱਤੇ ਉਹ ਲੱਗ ਸਕਦਾ ਜਿੱਦਾਂ ਟੋਰੀਆ TL 15 ਵਗੈਰਾ ਹੋਰ ਟੋਰੀ ਦੀਆਂ ਜਿਹੜੀਆਂ ਵਰਾਇਟੀਆਂ ਜਿਹੜੀ ਵਸਤੀਆਂ ਜਿਹੜੀਆਂ ਆਲੇ ਮੈਚੋਰ ਹੋ ਜਾਂਦੀਆਂ ਉਹ ਰੱਖਣੀਆਂ। ਜੇਕਰ ਆਪਾਂ ਨੂੰ ਕੋਈ ਇੱਦਾਂ ਦੀ ਵਰਾਇਟੀ ਮਿਲਦੀ ਹੈ ਜਿਹੜੀ ਕਿ ਜਨਵਰੀ ਵਿੱਚ ਲੈਂਦੀ ਹੈ ਫਿਰ ਉਸ ਵਕਤ ਜਿਹੜੀ ਦੂਜੀ ਸਰੋਂ ਹੈਗੀ ਪਛੇਤੀ ਉਹਦਾ ਬਹੁਤ ਨੁਕਸਾਨ ਹੁੰਦਾ। ਇਸ ਕਰਕੇ ਆਪਾਂ ਇਹ ਧਿਆਨ ਰੱਖਣਾ ਵੀ ਜਿਹੜੀ ਹੈਗੀ ਆ ਸ਼ੋਰਟ ਡਿਊਰੇਸ਼ਨ ਵਰਾਇਟੀ ਉਹ ਅਗੇਤੀ ਸਰੋਂ ਦੇ ਤੌਰ ਤੇ ਲੈ ਲਈਏ ਤੇ ਜਿਹੜੀ ਹੈਗੀ ਆ ਪਛੇਤੀ ਸਰੋਂ ਉਹ ਤਾਂ ਚਲੋ ਵਰਾਇਟੀ ਜਿਹੜੀ ਪ੍ਰਸ਼ਾਦ ਦੇ ਤੌਰ ਤੇ ਦਿੱਤੀ ਜਾਂਦੀ ਹੈ ਫ੍ਰੀ ਦਿੱਤੀ ਜਾਂਦੀ ਹੈ ਉਹਦੀ ਆਪਾਂ ਕਾਸ਼ਤਕਾਰ ਕਰ ਸਕਦੇ ਹਾਂ ਤੇ ਉਹ 8x3 ਦੇ ਉੱਤੇ। ਇਸ ਤਰ੍ਹਾਂ ਜੇਕਰ ਆਪਾਂ ਗੰਨਾ ਜਿਹੜਾ ਉਹ 4x4 ਤੇ ਲਾਉਂਦੇ ਹਾਂ ਜਾਂ ਇਕੱਲੀ ਸਰੋਂ ਵਿਕਣੀ ਆ ਫਿਰ ਇਹਨੂੰ ਆਪਾਂ ਬੈੱਡ ਦੇ ਸੈਂਟਰ ਦੇ ਵਿੱਚ 3-3 ਫੁੱਟ ਦੇ ਉੱਤੇ 1-1 ਦਾਣਾ ਲਾਈਏ ਕਿਉਂਕਿ ਕਈ ਵਾਰੀ ਜਰਮੀਨੇਸ਼ਨ ਦੇ ਵਿੱਚ ਥੋੜ੍ਹਾ ਬਹੁਤ ਚੱਕਰ ਪੈਂਦਾ ਹੈਗਾ ਇਸ ਕਰਕੇ ਵੀ 2-2-3-3 ਦਾਣੇ ਆਪਾਂ ਲਾਉਣੇ ਆ ਤੇ ਉਹਦੇ ਵਿੱਚੋਂ ਜਿਸ ਵੇਲੇ 15 ਦਿਨਾਂ ਦੀ ਹੋ ਜਾਂਦੀ ਸਰੋਂ ਤਾਂ ਉਸ ਵਕਤ ਫਿਰ 2-2 ਦਾਣੇ ਇੱਕ ਇੱਕ ਦਾਣਾ ਇੱਕ ਇੱਕ ਬੂਟਾ ਰੱਖਣਾ ਬਾਕੀ ਸਾਰੇ ਪੜ ਜਿਹੜਾ 3x4 ਜਿਹੜਾ ਸਟੈਂਡਰਡ ਬੈੱਡ ਦੇ ਸੈਂਟਰ ਦੇ ਵਿੱਚ ਰੱਖੂਗਾ ਇਹਦੇ ਵਿੱਚ ਪਾਣੀ ਦਾ ਪ੍ਰਬੰਧ ਕਿੱਦਾਂ ਕਰਨਾ ਵੀ ਇੱਕ ਖਾਲੀ ਆਪਾਂ ਬੰਦ ਰੱਖਣੀ ਹੈ ਦੂਜੀ ਖੁੱਲ੍ਹੀ ਦੋਵਾਂ ਪਾਸਿਆਂ ਤੋਂ ਖੁੱਲ੍ਹੀ ਬੰਦ ਖੁੱਲ੍ਹੀ ਬੰਦ ਯਾਨੀ ਕਿ ਇੱਦਾਂ ਪਾਣੀ ਬਹੁਤ ਇਹਦੇ ਵਿੱਚ ਘੱਟ ਲੱਗਣਾ ਜਿਹੜਾ ਪਹਿਲਾਂ ਪਾਣੀ ਲਾਉਣਾ ਉਹ ਜਾ ਕੇ ਲਾਉਣਾ ਹੈਗਾ ਆਪਾਂ ਘੱਟੋ ਘੱਟ 40 ਦਿਨਾਂ ਬਾਅਦ ਪਹਿਲਾਂ ਪਾਣੀ ਡੋਲਣੀ ਹੈਗੀ ਸਰੋਂ ਤੇ ਲਾਉਣਾ 8 ਫੁੱਟ ਦੇ ਉੱਤੇ। ਇਸ ਤਰ੍ਹਾਂ ਜਿਹੜਾ ਗੰਨਾ ਗੰਨੇ ਦੇ ਵਿੱਚ ਜਿਹੜੀ ਸਰੋਂ ਬੀਜੀ ਹੈਗੀ ਆ 8 ਫੁੱਟ ਦੇ ਉਹ ਗਾਲੀ ਹਮੇਸ਼ਾ ਲਈ ਬੰਦ ਕਰਨੀ ਪੱਕੇ ਤੌਰ ਤੇ ਤੇ ਸਿਰਫ ਗੰਨੇ ਨੂੰ ਪਾਣੀ ਲੱਗਣਾ। ਇਸ ਢੰਗ ਨਾਲ ਆਪਾਂ ਜਿਹੜਾ ਹੈਗਾ ਸਰੋਂ ਦੇ ਇੰਟਰਕ੍ਰੋਪ ਕਰ ਸਕਦੇ ਹਾਂ ਸਰੋਂ ਦੀ ਜਿਹੜੀ ਸਹਿ ਫਸਲ ਆ ਉਹ ਲੈ ਸਕਦੇ ਹਾਂ ਸਰੋਂ ਦੀ ਬੋਨਸ ਫਸਲ ਲੈ ਸਕਦੇ ਹਾਂ ਗੰਨੇ ਦੇ ਵਿੱਚ ਤੇ ਗੰਨਾ ਜਿਹੜਾ ਆਪਣਾ ਉਹਦੇ ਝਾੜ ਦੇ ਉੱਤੇ ਕੋਈ ਫਰਕ ਨਹੀਂ ਪਊਗਾ। ਜਿਹੜਾ ਸਰੋਂ ਆ ਉਹ ਪਿਛਲੇ ਸਾਲ ਸਾਡੇ ਪ੍ਰਿਤਪਾਲ ਸਿੰਘ ਹੁਣੀ ਹੈਗੇ ਆ ਆਦਮਪੁਰ ਦੇ ਕੋਲ ਉਹਨਾਂ ਨੇ 4x4 ਤੇ ਗੰਨਾ ਬੀਜਿਆ ਸੀਗਾ ਤੇ ਉਹਨਾਂ ਦਾ ਜਿਹੜਾ ਝਾੜ ਸੀਗਾ 3x4 ਦੇ ਉੱਤੇ ਉਹ 9 ਕੁਇੰਟਲ ਸਰੋਂ ਦਾ ਤੇ ਜਿਹੜਾ ਗੰਨਾ ਉਹ ਉਮੀਦ ਆ ਵੀ 700 ਨੂੰ ਕ੍ਰੋਸ ਕਰਦਾ ਪਰ ਜਾਊਗਾ। ਇਹ ਯਾਨੀ ਕਹਿੰਦਾ ਜਿਹੜਾ ਬੜਾ ਹੀ ਕ੍ਰਾਂਤੀਕਾਰੀ ਸਿਸਟਮ ਹੈਗਾ ਗੰਨੇ ਦੀ ਬਿਜਾਈ ਦਾ ਤੇ ਸਰੋਂ ਦੀ ਬਿਜਾਈ ਦਾ ਤੇ ਹੈ ਗੰਨੇ ਦੀ ਖੇਤੀ ਦਾ ਕੁਦਰਤੀ ਕਾਰਨ ਤੇ ਸਰੋਂ ਦੀ ਖੇਤੀ ਦਾ ਕੁਦਰਤੀ ਕਾਰਨ। ਚਲੋ ਸਰੋਂ ਦਾ ਖੈਰ ਉਹਦਾ ਕੁਦਰਤੀ ਕਾਰਨ ਹੀ ਕੀਤਾ ਜਾਂਦਾ ਬੀਜ ਤੋਂ ਬੀਜੀ ਜਾਂਦੀ ਹੈ ਤੇ ਜਿਹੜੀ ਰਿਕਮੈਂਡੇਸ਼ਨ ਹੁੰਦੀ ਆ ਵੀ ਪਨੀਰੀ ਤੋਂ ਬੀਜ ਲਈਏ ਉਹਨੂੰ ਅਵੋਇਡ ਕਰਨਾ ਚਾਹੀਦਾ ਕਿਉਂਕਿ ਉਹ ਅਗੇਂਸਟ ਨੇਚਰ ਆ। ਜਿਹੜੀ ਨੇਚਰ ਆ ਉਹ ਕਦੇ ਵੀ ਕਿਸੇ ਪੌਦੇ ਨੂੰ ਪੱਟ ਕੇ ਪਿੱਛੇ ਨਹੀਂ ਕਰਦੀ ਹੈਗੀ ਪੌਦੇ ਨੂੰ ਜਿੱਥੇ ਵੀ ਡਿੱਗਦਾ ਉੱਥੇ ਉਹਦਾ ਜੀਵਨ ਕਾਲ ਪੂਰਾ ਹੁੰਦਾ। ਆਪਾਂ ਕੁਦਰਤ ਦਾ ਸਤਿਕਾਰ ਕਰੀਏ ਤੇ ਜੇਕਰ ਆਪਾਂ ਕੁਦਰਤ ਦਾ ਸਤਿਕਾਰ ਕਰਾਂਗੇ ਤਾਂ ਫਿਰ ਜਿਹੜਾ ਸਾਡਾ ਜਿਹੜਾ ਆਪਣਾ ਉਧਾਰ ਵੀ ਹੋਊਗਾ ਤੇ ਸਾਨੂੰ ਜਿਹੜੀ ਫਸਲ ਮਿਲੂਗੀ ਉਹਦਾ ਝਾੜ ਵੀ ਤੇ ਉਹਦਾ ਮਿਆਰ ਵੀ ਉਹ ਵੀ ਬਿਹਤਰ ਹੋਊਗਾ ਜਿਹੜੇ ਆਪਾਂ ਪਨੀਰੀ ਪੱਟ ਕੇ ਲਾਉਂਦੇ ਉਹਦੇ ਨਾਲ। ਤੇ ਆਓ ਆਪਾਂ ਸਾਰੇ ਰਲ ਕੇ ਕੁਦਰਤ ਦੇ ਅਸੂਲਾਂ ਦੇ ਮੁਤਾਬਕ ਆਪਣੀ ਕਾਸ਼ਤਕਾਰੀ ਨੂੰ ਢਾਲੀ ਤੇ ਹੁਣ ਮੈਂ ਜਿੰਨੇ ਵੀ ਆਪਣੇ ਕਿਸਾਨ ਵਿੱਚ ਜੁੜੇ ਹੋਏ ਨੇ ਉਹਨਾਂ ਸਾਰਿਆਂ ਨੂੰ ਇਹ ਰਿਕੁਐਸਟ ਬੇਨਤੀ ਕਰੂੰਗਾ ਕਿ ਜੇਕਰ ਤੁਹਾਨੂੰ ਫਗਵਾੜਾ ਕੁੱਟਗਰੋ ਕ੍ਰੋਪਿੰਗ ਸਿਸਟਮ ਦੇ ਲਾਗੂ ਕਰਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਜਾਂ ਤੁਹਾਡਾ ਕੋਈ ਤਜਰਬਾ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤੁਸੀਂ ਬੇਝਿਜਕ ਹੋ ਕੇ ਆਪਣਾ ਇਹ ਪੱਤ ਰੱਖ ਸਕਦੇ ਹੋ। ਧੰਨਵਾਦ ਜੀ।